ਦੁਨੀਆ ਵਿੱਚ ਮਿਸ਼ਨ 2020 ਦੇ ਲੱਗੇ ਸਿੱਖ ਫਾਰ ਜਸਟਿਸ ਦੀ ਦਸਤਕ ਇਸ ਮਹਾਮਾਰੀ ਦੌਰਾਨ ਵੀ ਹੋਣ ਲੱਗੀ ਹੈ। ਹੁਣ ਰਿਕਾਰਡਡ ਕਾਲਸ ਰਾਹੀਂ ਆਪਣਾ ਏਜੰਡਾ ਦੁਹਰਾ ਰਹੇ ਹਨ। ਆਪਣੇ 2020 ਮਿਸ਼ਨ ਵਿੱਚ ਆਈ ਢਿੱਲ ਦੀ ਵਜ੍ਹਾ ਨੋਵਲ ਕੋਰੋਨਾ ਵਾਇਰਸ ਬਿਮਾਰੀ ਦੱਸ ਰਹੇ ਹਨ ਅਤੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਉਹਨਾਂ ਦਾ ਏਜੰਡਾ ਚੱਲ ਰਿਹਾ ਹੈ। ਕਰਫਿਊ ਦੇ ਇਨ੍ਹਾਂ ਦਿਨਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਕਰਫਿਊ ਨਾਲ ਲੋਕਾਂ ਉੱਪਰ ਢਾਏ ਜਾ ਰਹੇ ਤਸ਼ੱਦਦ ਨੂੰ ਇਨ੍ਹਾਂ ਰਿਕਾਰਡਡ ਕਾਲਸ ਰਾਹੀਂ ਬਿਆਨ ਰਹੇ ਹਨ। ਉਹਨਾਂ ਨੇ ਕੋਰੋਨਾ ਪੀੜਤਾਂ ਦੀ ਆਪਣੇ ਵੱਲੋਂ ਮਦਦ ਦਾ ਵੀ ਦਾਅਵਾ ਇਸ ਰਿਕਾਰਡਡ ਕਾਲ ਵਿੱਚ ਕੀਤਾ ਹੈ। ਇੱਕ ਵਾਰ ਫਿਰ ਗੁਰਪਤਵੰਤ ਸਿੰਘ ਪੰਨੂ, ਸਿੱਖਸ ਫਾਰ ਜਸਟਿਸ, ਨਿਊਯਾਰਕ ਤੋਂ। ਅਸੀਂ ਪੰਜਾਬ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਵੋਟਾਂ ਰਾਹੀਂ ਪੰਜਾਬ ਨੂੰ ਭਾਰਤ ਦੇ ਕਬਜ਼ੇ 'ਚੋਂ ਆਜ਼ਾਦ ਕਰਵਾਉਣਾ ਚਾਹੁੰਦੇ ਹਾਂ, ਪਰ ਕੈਪਟਨ ਅਤੇ ਮੋਦੀ ਦੀ ਸਰਕਾਰ ਕੋਰੋਨਾ ਕਹਿਰ ਦੇ ਹੁੰਦਿਆਂ ਵੀ ਪੰਜਾਬ ਦੇ ਨੌਜਵਾਨਾਂ 'ਤੇ ਤਸ਼ੱਦਦ ਕਰ ਰਹੀ ਹੈ। ਸਿੱਖਸ ਫਾਰ ਜਸਟਿਸ ਕਰੋਨਾ ਕਹਿਰ ਦੇ ਪੀੜਤਾਂ ਨੂੰ 2000 ਰੁਪਈਆ ਦੇ ਰਹੀ ਹੈ ਅਤੇ ਕੈਪਟਨ ਦੀ ਸਰਕਾਰ ਇੱਕ ਵਾਰ ਫਿਰ ਭਰਮਾ ਰਹੀ ਹੈ ਸਿਰਫ ਵਾਅਦਿਆਂ ਨਾਲ। ਅਸੀਂ ਤੁਹਾਡੇ ਤੋਂ ਇਹ ਸਵਾਲ ਪੁੱਛਣਾ ਚਾਹੁੰਦੇ ਹਾਂ, ਜੇ ਤੁਸੀਂ ਸਿੱਖਸ ਫਾਰ ਜਸਟਿਸ ਦੀ ਨੀਤੀਆਂ ਦੇ ਨਾਲ ਸਹਿਮਤ ਹੋ ਤਾਂ ਇੱਕ ਦਬਾਓ, ਜੇ ਤੁਸੀਂ ਕੈਪਟਨ ਸਰਕਾਰ ਅਤੇ ਮੋਦੀ ਸਰਕਾਰ ਦੀ ਨੀਤੀ ਨਾਲ ਸਹਿਮਤ ਹੋ ਤਾਂ ਦੋ ਦਬਾਓ। ਇਹ ਜਥੇਬੰਦੀ ਜਿਸਦਾ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂ ਹੈ ਵੱਲੋਂ ਲੰਘੇ ਅਗਸਤ ਮਹੀਨੇ ਲੰਡਨ ਐਲਾਨਨਾਮਾ 2020 ਜਾਰੀ ਕੀਤਾ ਸੀ, ਜਿਸ ਵਿੱਚ ਸਿੱਖ ਕੌਮ ਦਾ ਆਜ਼ਾਦਾਨਾ ਰੈਫਰੈਂਡਮ ਕਰਵਾਉਣ ਦੀ ਗੱਲ ਕਹੀ ਗਈ ਸੀ। ਉਹਨਾਂ ਵੱਲੋਂ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਵੀ ਇੱਕ ਕਨਵੈਨਸ਼ਨ ਉਲੀਕੀ ਗਈ ਸੀ, ਪਰ ਇਹ ਨਹੀਂ ਹੋ ਸਕੀ ਸੀ। ਉਹਨਾਂ ਵੱਲੋਂ ਅਗਸਤ ਵਿੱਚ ਭਾਰਤੀ ਕੌਮੀ ਝੰਡੇ ਨੂੰ ਸਾੜਨ ਦੀ ਮੁਹਿੰਮ ਵੀ ਉਲੀਕੀ ਗਈ ਸੀ। ਇਸ ਵੇਲੇ ਆ ਰਹੀ ਇਹ ਪ੍ਰੀ ਰਿਕਾਰਡਡ ਕਾਲ USA ਦੇ ਇੱਕ ਨੰਬਰ ਤੇ ਆ ਰਹੀ ਹੈ। ਇਹ ਕਾਲਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਕਈ ਵਕੀਲਾਂ ਨੂੰ ਆਈ ਹੈ। ਉਹਨਾਂ ਦੇ ਨੰਬਰ ਹੋ ਸਕਦਾ ਹੈ ਉਹਨਾਂ ਨੇ ਡਾਇਰੈਕਟਰੀ ਤੋਂ ਲਏ ਹੋਣ, ਪਰ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਕਈ ਹੋਰ ਹਿੱਸਿਆਂ ਵਿੱਚ ਇਹੋ ਜਿਹੀਆਂ ਕਾਲਸ ਕੀਤੀਆਂ ਗਈਆਂ ਹਨ। ਜ਼ਿਕਰ ਖਾਸ ਹੈ ਕਿ ਸਿੱਖ ਰਾਜਸ਼ੁਮਾਰੀ ਕਰਵਾਉਣ ਲਈ ਸਿੱਖ ਫਾਰ ਜਸਟਿਸ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਹੈ ਅਤੇ ਜਿਸ 2020 ਵਿੱਚ ਰਾਜਸ਼ੁਮਾਰੀ ਮਿਤੀ ਗਈ ਸੀ ਉਸ ਦੌਰਾਨ ਹੁਣ ਉਹਨਾਂ ਨੇ ਆਪਣੀ ਸਰਗਰਮੀ ਵਧਾ ਦਿੱਤੀ ਹੈ। ਇਹ ਵੀ ਦੱਸ ਦਈਏ ਕਿ ਭਾਰਤ ਸਰਕਾਰ ਵੱਲੋਂ ਜੁਲਾਈ ਮਹੀਨੇ ਵਿੱਚ ਹੀ ਇਹਨਾਂ ਉੱਪਰ ਬੈਨ ਲਗਾ ਦਿੱਤਾ ਗਿਆ ਸੀ, ਪਰ ਇਸ ਦੇ ਬਾਵਜੂਦ ਇਹਨਾਂ ਦੀਆਂ ਸਰਗਰਮੀਆਂ ਜਾਰੀ ਹਨ। ਪੰਜਾਬ ਵਿੱਚ ਕਈ ਨੌਜਵਾਨ ਸਿੱਖ ਫਾਰ ਜਸਟਿਸ ਲਈ ਕੰਮ ਕਰਦੇ ਫੜੇ ਗਏ ਸਨ, ਜਿਨ੍ਹਾਂ ਦੀ ਪੈਰਵਾਈ ਵੀ ਬਾਅਦ ਵਿੱਚ ਇਸ ਜਥੇਬੰਦੀ ਵੱਲੋਂ ਨਹੀਂ ਕੀਤੀ ਗਈ ਸੀ। ਉਹਨਾਂ ਨੂੰ ਪੰਜਾਬ ਵਿੱਚ 2020 ਦੇ ਪੋਸਟਰ ਲਗਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇੱਥੇ ਇਹ ਵੀ ਖਾਸ ਹੈ ਕਿ ਸਿੱਖ ਫਾਰ ਜਸਟਿਸ ਜਥੇਬੰਦੀ ਸਮੇਂ-ਸਮੇਂ ਤੇ ਸੋਸ਼ਲ ਮੀਡੀਆ ਰਾਹੀਂ ਭਾਰਤੀ ਸਟੇਟ ਖਿਲਾਫ ਤਿੱਖਾ ਪ੍ਰਚਾਰ ਕਰਦੀ ਰਹੀ ਹੈ। ਉਹ ਪੰਜਾਬ ਵਿੱਚ ਸਿੱਖਾਂ ਨਾਲ ਧੱਕੇ ਦੀ ਗੱਲ ਕਰਦੀ ਹੈ ਅਤੇ ਸਿੱਖਾਂ ਦੇ ਵੱਖਰੇ ਮੁਲਕ ਲਈ ਰੈਫਰੈਂਡਮ ਦੀ ਮੰਗ ਉਹ ਖਾਸ ਤੌਰ ਤੇ ਤਵੱਜੋ ਦਿੰਦੇ ਹਨ। ਇਹਨਾਂ ਵੱਲੋਂ ਗੁਰਪਤਵੰਤ ਸਿੰਘ ਪੰਨੂ ਹੀ ਅਕਸਰ ਨਜ਼ਰ ਆਉਂਦੇ ਹਨ। ਹਾਲਾਂਕਿ ਪੰਜਾਬ ਵਿੱਚ ਪਿਛਲੇ ਕਾਫੀ ਸਮੇਂ ਤੋਂ ਇਹਨਾਂ ਦੀਆਂ ਸਰਗਰਮੀਆਂ ਘਟੀਆਂ ਸਨ, ਪਰ ਇੱਕ ਵਾਰ ਫਿਰ ਆ ਰਹੀਆਂ ਵੀਡੀਓ ਕਾਲਸ ਰਾਹੀਂ ਇਹਨਾਂ ਨੇ ਮੁੜ ਪੰਜਾਬ 'ਚ ਆਪਣੀ ਦਸਤਕ ਦਿੱਤੀ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।